ਮੈਂ ਮਨਜਿੰਦਰ ਸਿੰਘ ਜੀਰਾ ਅੱਜ ਚੱਬੇ ਤੋਂ ਅਸੀਂ ਚੌਥਾ ਜਥਾ ਲੈ ਕੇ ਜਾ ਰਹੇ ਹਾਂ ਦਿੱਲੀ ਦੇ ਵਿੱਚ ਅਤੇ ਉੱਥੇ ਜਾਣ ਕੇ ਇਹ ਵੀ ਦੱਸਣਾ ਚਾਹੁੰਦੇ ਆ ਕੋਈ ਮਤਲਬ ਫਵਾਹਾਂ ਤੋਂ ਬਚੋ ਜੋ ਵੀ ਕੁਝ ਹੋ ਰਿਹਾ ਕੋਈ ਮਤਲਬ ਮਾੜਾ ਨਹੀਂ ਹੋ ਰਿਹਾ ਵਧੀਆ ਹੋ ਰਿਹਾ ਅਸੀਂ ਚੌਥਾ ਜਥਾ ਲੈ ਕੇ ਜਾ ਰਹੇ ਹਾਂ ਅੱਜ ਜਾ ਰਹੇ ਹਾਂ ਅਸੀਂ ਮਤਲਬ ਇਸ ਤੋਂ 10 ਦਿਨ ਬਾਅਦ ਇੱਕ ਹੋਰ ਜਥਾ ਲੈ ਕੇ ਜਾਵਾਂਗੇ ਉੱਥੇ ਤੇ ਆਪਦੀਆਂ ਜਿਹੜੀਆਂ ਸੇਵਾਵਾਂ ਵਿੱਚ ਉਹ ਹਿੱਸਾ ਪਾਵਾਂਗੇ ਇਕੱਠ ਤਾਂ ਜੀ ਬਹੁਤ ਜ਼ਿਆਦਾ ਵੱਧ ਰਿਹਾ ਵਾ ਇਹ ਕੱਠ ਤਾਂ ਜੀ ਬਹੁਤ ਵੱਧ ਰਿਆ ਜੀ ਕੋਈ ਘਟ ਨਹੀਂ ਰਿਆ ਜੀ ਇਹ ਤਾਂ ਮਿਸਫਹਵਾਹਾਂ ਸੀਗੀਆਂ ਜਿਹੜੀਆਂ ਦਿਖਾ ਰਹੇ ਸੀਗੇ ਪਰ ਕੱਠ ਬਹੁਤ ਵੱਧ ਰਿਹਾ ਉਹ ਤੇ ਵਿੱਚ ਦਿਨੋਂ ਦਿਨ ਕੱਠ ਵੱਧ ਹੀ ਰਿਹਾ ਘਟ ਨਹੀਂ ਰਿਆ ਜੀ ਸੰਘਰਸ਼ਾਂ ਹੀ ਉਦੋਂ ਤੱਕ ਬੈਠੇ ਰਹਿਵਾਂਗੇ ਜਦੋਂ ਤੱਕ ਸਾਨੂੰ ਜਿੱਤ ਨਹੀਂ ਮਿਲਦੀ ਜਦੋਂ ਤੱਕ ਜਿਹੜੇ ਕਾਨੂੰਨ ਆ ਉਹ ਰੱਦ ਨਹੀਂ ਹੁੰਦੇਗੇ ਅਸੀਂ ਉਦੋਂ ਤੱਕ ਉੱਥੇ ਹੀ ਬੈਠੇ ਰਹਿਵਾਂਗੇ ਜੀ ਹਾਂ ਜੀ ਤੁਸੀਂ ਅੱਜ ਪਿੰਡ ਚੋਂ ਪਹਿਲੇ ਕਿਤਮਾ ਜਥਾ ਲੈ ਕੇ ਚੱਲੋ ਅਸੀਂ ਭਾਜੀ ਸਾਡੇ ਪਿੰਡ ਤੋਂ ਚੌਥਾ ਜਥਾ ਅੱਜ ਚੱਲਿਆ ਜੀ ਮੈਂ ਪਹਿਲੀ ਵਾਰ ਚੱਲਿਆ ਮੈਂ ਛੁੱਟੀ ਤੇ ਸੀਗਾ ਫੌਜ ਦੇ ਵਿੱਚ ਆਰਮੀ ਦੇ ਇੰਜੀਨੀਅਰ ਅਰੇਂਜਮੈਂਟ ਤੇ ਡਿਊਟੀ ਕਰ ਰਿਹਾ ਮੈਂ ਛੁੱਟੀ ਤੇ ਸੀ ਪਿੱਛੇ ਮੁੰਡੇ ਵੀ ਫੋਨ ਕਰ ਕਰਕੇ ਪਰੇਸ਼ਾਨ ਕਰ ਰਿਹਾ ਕਿ ਤੁਸੀਂ ਕਿਉਂ ਨਹੀਂ ਜਾ ਰਹੇ ਦਸੰਬਰ ਚ ਵੀ ਛੁੱਟੀ ਤੇ ਸੀ ਮੇਰੇ ਤੋਂ ਜਾਇ ਨਹੀਂ ਗਿਆ ਕਰਦੀ ਪ੍ਰੋਬਲਮ ਸੀਗੀ ਹੁਣ ਅਸੀਂ ਆਪ ਦਾ ਵੀ ਕੱਲੇ ਕੇ ਚੱਲੇ ਆ ਫੋਰ ਫੋਰ ਵੀਲਰ ਲੈ ਕੇ ਚੱਲੇ ਆ ਨਾਲ ਮੁੰਡੇ ਨੇ ਯਾਰ ਦੋਸਤ ਜਿੰਨੇ ਵੀ ਪਿੰਡ ਦੇ ਅਸੀਂ ਸਾਡਾ ਚੌਥਾ ਜਥਾ ਜੇ ਪਿੰਡ ਚੋਂ ਸਿਣਿਆ ਜੀ ਸਾਰੇ ਸਿਆਣੇ ਨੇ ਜੀ ਸਾਰੇ ਸਮਝਦਾਰ ਆ ਸੀ ਤਾਂ ਫਿਰ ਵੀ ਛੋਟੇ ਆ ਤੁਹਾਡੇ ਤੋਂ ਵੀ ਛੋਟੇ ਆ ਇਹ ਸਮਝਦਾਰ ਜਿੰਨੇ ਕਿਸਾਨ ਮਜ਼ਦੂਰ ਏਕਤਾ ਦੇ ਜਿੰਨੇ ਅੱਗੇ ਲੱਗੇ ਆ ਕਿਸਾਨ ਸਾਰੇ ਸਮਝਦਾਰ ਆ ਵਧੀਆ ਚੱਲ ਰਿਹਾ ਬਿਲਕੁਲ ਕਿਸਾਨੀ ਮੋਰਚਾ ਅਸੀਂ ਜਿੱਤਾਂਗੇ ਫਤਿਹ ਕਰਕੇ ਆਵਾਂਗੇ ਅਸੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖਣਾ ਵਧੀਆ ਹੀ ਹੋਊਗਾ ਜੀ ਜੋ ਵੀ ਹੋ ਰਿਹਾ ਠੀਕ ਹੋ ਰਿਹਾ ਮਹਾਰਾਜ ਵਧੀਆ ਕਰਨਗੇ ਇਹ ਵੀਰ ਜੀ ਤੁਹਾਨੂੰ ਦੱਸ ਦਵਾ ਇਹ ਸੰਯੁਕਤ ਭਾਰਤ ਕਿਸਾਨ ਯੂਨੀਅਨ ਪੰਜਾਬ ਵੱਲੋਂ ਇਹ ਜਥਾ ਵਾ ਇਹ ਪਿੰਡ ਚੱਬਾ ਦੀ ਨੌਜਵਾਨ ਸਖਤ ਵੱਲੋਂ ਜਥਾ ਚੱਲਿਆ ਵਾ ਚੌਥਾ ਜਥਾ ਰਵਾਨਾ ਕਰਨ ਲੱਗੇ ਆ ਅੱਜ ਅਸੀਂ ਇੱਥੋਂ ਜੀਰਾ ਵਿਖੇ ਇਹ ਇਹ ਆ ਕੱਲ ਤੱਕ ਦਿੱਲੀ ਪਹੁੰਚੇਗਾ ਸਿੰਘੂ ਬਾਰਡਰ ਤੇ ਚੌਥਾ ਜਥਾ ਰਵਾਨਾ ਪਿੰਡ ਚੱਬੇ ਦੇ ਨੌਜਵਾਨ ਸੰਘਤ ਵੱਲੋਂ ਇਹ ਇਹ ਨਾਰਾਦ ਲਈ ਤੁਸੀਂ ਗਾਲ ਹੀ ਨਾ ਕਬੋ ਮੋਦੀ ਸਰਕਾਰ ਗੋਡਿਆਂ ਪਰ ਹੋਈ ਪਈ ਹੈ ਇਹ ਤੁਹਾਨੂੰ ਪੱਤਰਕਾਰਾਂ ਨੂੰ ਸਾਡੇ ਨੂੰ ਬਿਹਤਰ ਪੜਾ ਖੂਫੀਆ ਰਿਪੋਰਟ ਇੱਕ ਮੋਦੀ ਸਰਕਾਰ ਦੀ ਚੀਕ ਵੱਜੀ ਪਈ ਹੈ ਪਰ ਬਾਹਰ ਆ ਕੇ ਮਾਰਦੀ ਨਹੀਂ ਪਈ ਉਹ ਵੀ ਜਿੰਨਾ ਨੌਜਵਾਨਾਂ ਜੋਸ਼ ਆ ਤੁਸੀਂ ਦੇਖਿਆ ਜਿੱਦਾਂ ਦੇ ਨਾਲ ਧਰਨੇ ਲਾਏ ਆ ਇਦਾਂ ਵੀ ਕੁਝ ਦਿਨਾਂ ਦੇ ਕੁਝ ਦਿਨਾਂ ਤੱਕ ਹੀ ਮੋਦੀ ਸਰਕਾਰ ਦਾ ਜ ਕਾਨੂੰਨ ਰੱਦ ਕਰ ਦੇਵੇਗੀ ਮੈਂ ਨੌਜਵਾਨਾਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਧਿਮ ਰਹੀ ਹੁੱਲੜਬਾਜੀ ਨਹੀਂ ਕਰਨੀ ਸ਼ਾਂਤਮਈ ਤਰੀਕੇ ਨਾਲ ਜੋ ਵੀ ਜਥੇਬੰਦੀਆਂ ਆਪਾਂ ਨੂੰ ਜੋ ਵੀ ਐਲਾਨ ਕਰਦੀਆਂ ਸੋ ਉਹਨਾਂ ਦੇ ਤਰੀਕੇ ਨਾਲ ਆਪਾਂ ਚੱਲਣਾ ਤੇ ਆਪਾਂ ਜਿੱਤ ਪ੍ਰਾਪਤ ਕਰਨੀ ਆ ਤੇ ਮੋਰਚਾ ਚੜ੍ਹਦੀ ਕਲਾ ਨਾਲ ਲਿਜਾਣਾ